ਅੱਜ ਤੁਹਾਡੇ ਹਲਕੇ 'ਚ ਮੁੱਖ ਮੰਤਰੀ ਰੋਡ ਸ਼ੋਅ ਕਰ ਰਹੇ ਨੇ, ਕਿਵੇਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ? ਉਤਸ਼ਾਹ ਤੁਹਾਡਾ ਕੈਮਰਾ ਮੇਰੇ ਬੋਲਣ ਨਾਲੋਂ ਜ਼ਿਆਦਾ ਵਧੀਆ ਦੱਸ ਸਕਦਾ। ਹਜ਼ਾਰਾਂ ਦੀ ਗਿਣਤੀ 'ਚ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚੇ ਨੇ, ਕਿਉਂਕਿ ਪਹਿਲਾਂ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਇਹ ਇਲਾਕਾ, ਪਰ ਹੁਣ ਆਮ ਆਦਮੀ ਪਾਰਟੀ ਦਾ ਹਵਾ ਕਿਵੇਂ ਚੱਲ? ਤੁਸੀਂ ਪਤਾ ਨਹੀਂ ਕਿਹੜੇ ਸਮੇਂ ਦੀ ਗੱਲ ਕਰਦੇ ਆ, ਇਹ ਹੁਣ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਆ ਉਹ ਇਤਿਹਾਸ ਬਣ ਚੁੱਕਿਆ। ਉਹ ਉਸ ਵੇਲੇ ਕਦੇ ਹੁੰਦਾ ਹੋਣਾ ਇਤਿਹਾਸ, ਕਦੇ ਆਮ ਉਹਦਾ ਅਕਾਲੀਆਂ ਦਾ ਗੜ੍ਹ ਹੋਇਆ ਕਰਦਾ ਸੀ। ਰੋਪੜ ਹਲਕੇ ਦੇ ਵਿੱਚ ਅੱਜ ਸੀਐਮ ਭਗਵੰਤ ਮਾਨ ਰੋਡ ਸ਼ੋਅ ਕਰਨ ਵਾਸਤੇ ਆ ਰਹੇ ਨੇ। ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ, ਆਗੂ, MLA, ਮੰਤਰੀ ਪਹੁੰਚੇ ਨੇ ਅਤੇ ਇਸ ਨੂੰ ਲੈ ਕੇ ਚੱਡਾ ਸਾਹਿਬ ਸਾਡੇ ਨਾਲ ਹੋਣਗੇ। ਚੱਡਾ ਜੀ, ਅੱਜ ਤੁਹਾਡੇ ਹਲਕੇ 'ਚ ਮੁੱਖ ਮੰਤਰੀ ਰੋਡ ਸ਼ੋਅ ਕਰ ਰਹੇ ਨੇ, ਕਿਵੇਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ? ਉਤਸ਼ਾਹ ਤੁਹਾਡਾ ਕੈਮਰਾ ਮੇਰੇ ਬੋਲਣ ਨਾਲੋਂ ਜ਼ਿਆਦਾ ਵਧੀਆ ਦੱਸ ਸਕਦਾ। ਹਜ਼ਾਰਾਂ ਦੀ ਗਿਣਤੀ 'ਚ ਅੱਜ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚੇ ਨੇ ਅਤੇ ਮਲਵਿੰਦਰ ਸਿੰਘ ਕੰਗ ਜੀ ਦੀ ਜਿੱਤ ਯਕੀਨੀ ਹੈ। ਕਿੰਨੀ ਕੁ ਨਜ਼ਦੀਕ ਜਿੱਤ ਲੱਗ ਰਹੀ ਹੈ, ਕਿਉਂਕਿ ਪਹਿਲਾਂ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ ਇਹ ਇਲਾਕਾ, ਪਰ ਹੁਣ ਆਮ ਆਦਮੀ ਪਾਰਟੀ ਦਾ ਹਵਾ ਕਿਵੇਂ ਚੱਲ ਰਹੀ? ਤੁਸੀਂ ਪਤਾ ਨਹੀਂ ਕਿਹੜੇ ਸਮੇਂ ਦੀ ਗੱਲ ਕਰਦੇ ਆ, ਇਹ ਹੁਣ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਆ ਉਹ ਇਤਿਹਾਸ ਬਣ ਚੁੱਕਿਆ। ਉਹ ਉਸ ਵੇਲੇ ਕਦੇ ਹੁੰਦਾ ਹੋਣਾ ਇਤਿਹਾਸ, ਕਦੇ ਆਮ ਉਹਦਾ ਅਕਾਲੀਆਂ ਦਾ ਗੜ੍ਹ ਹੋਇਆ ਕਰਦਾ ਸੀ, ਇਹ ਤਾਂ ਹੁਣ ਹਿਸਟਰੀ ਦੇ ਸਿਲੇਬਸ ਦਾ ਹਿੱਸਾ ਬਣ ਗਿਆ। ਮੁਕਾਬਲਾ ਕਿਹਦੇ ਨਾਲ ਲੱਗ ਰਿਹਾ ਇਸ ਵਾਰ? ਰਵਾਇਤੀ ਪਾਰਟੀਆਂ ਦੇ ਨਾਲ, ਆਮ ਲੋਕਾਂ ਦਾ ਅਤੇ ਖਾਸ ਲੋਕਾਂ ਦਾ ਮੁਕਾਬਲਾ ਹੈ। ਰਵਿੰਦਰ ਸਿੰਗਲੇ ਨੂੰ ਚੋਣ ਮੈਦਾਨ 'ਚ ਤੋਂ ਆ ਰਿਹਾ ਤਾਂ ਉਹਨਾਂ ਨਾਲ ਲੱਗਦਾ ਮੁਕਾਬਲਾ? ਇਹ ਮੈਟਰ ਹੀ ਨਹੀਂ ਕਰਦਾ ਕਿ ਵਿਰੋਧੀ ਪਾਰਟੀ ਦਾ ਟਿਕਟ ਕਿਹਦੇ ਕੋਲ ਹੈ, ਜਿੱਤ ਆਮ ਆਦਮੀ ਪਾਰਟੀ ਦੀ ਹੋਏਗੀ। ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਜਿੰਦਾਬਾਦ ਦਾਅਵਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਜਿੱਤ ਸਾਡੀ ਪੱਕੀ ਹੈ, ਪਰ ਚੋਣਾਂ ਆਉਣੀਆਂ ਬਾਕੀਆਂ ਨੇ ਤਾਂ ਦੇਖਦੇ ਕਿ ਆਉਣ ਵਾਲੇ ਦਿਨਾਂ 'ਚ ਕੌਣ ਜਿੱਤਦਾ ਹੈ ਕੌਣ ਹਾਰਦਾ ਤਾਂ ਆਉਣ ਵਾਲਾ ਸਮੇਂ ਦੱਸੇਗਾ। ਪਰ ਲਗਾਤਾਰ ਆਮ ਆਦਮੀ ਪਾਰਟੀ ਆਪਣਾ ਪ੍ਰਚਾਰ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੀ। ਸੀਐਮ ਭਗਵੰਤ ਮਾਨ ਲਗਾਤਾਰ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ, ਤਾਂ ਦੇਖਦੇ ਕਿ ਆਉਣ ਵਾਲੇ ਫਤਵਾ ਕਿਸ ਨੂੰ ਮਿਲਦਾ ਤਾਂ ਆਉਣ ਵਾਲਾ ਸਮੇਂ ਦੱਸੇਗਾ। ਤੁਹਾਡੇ ਕਹਿਣ ਨੂੰ ਜਸਪ੍ਰੀਤ ਦੇ ਨਾਲ।